ਸ਼ਿਕਾਰ ਜੀ, ਜੋ ਸਾਡੇ ਭਰਾ ਦਾ ਪਿਆਰ ਕਿਤੇ ਚਲਾ ਗਿਆ ਸੀ ਉਹ ਹੁਣ ਵਾਪਿਸ ਆ ਗਿਆ। ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਕਿ ਉਹ ਕਿਸ ਤਰ੍ਹਾਂ ਵਾਪਿਸ ਆਇਆ। ਓ ਆ ਕੀ ਦਾ ਮੈਸੇਜ ਆ ਗਿਆ। ਅੱਛਾ, ਹੁਣ ਪਤਾ ਲੱਗਿਆ ਅਸ਼ਨੀ ਬਾਈ ਨੇ ਉੱਦਣ ਆਈ ਕਿਉਂ ਕਿਹਾ ਸੀ ਮੈਂ ਬੀਜ਼ੀ ਹਾਂ। ਕੀ ਗੱਲ ਹੋ ਗਈ, ਬਹੁਤ ਉਲਝਿਆ ਕਰਦਾ ਹੈ। ਉਹ ਬਾਈ ਯਾਰ ਆਪਣੇ ਭਰਾ ਸੀਗੇ ਬਠਿੰਡੇ ਤੋਂ, ਅੱਛਾ ਉਹਨਾਂ ਨੇ ਕੋਈ ਕੰਮ ਕਿਹਾ ਸੀ, ਆਪਾਂ ਨੂੰ ਉਹਨਾਂ ਨੇ ਕਦੇ ਨਾ ਨਹੀਂ ਕਹੀ ਅਤੇ ਆਪਾਂ ਅੱਛਾ ਨੂੰ ਤਾਂ ਉਹਨਾਂ ਦਾ ਕੰਮ ਹੋਇਆ ਨਹੀਂ ਯਾਰ। ਅੱਛਾ, ਅਤੇ ਕੀ ਕੰਮ ਕਿਹਾ ਸੀ ਉਹਨਾਂ ਨੇ ਬਾਈ ਯਾਰ? ਦਾ? ਉਹਨਾਂ ਨੇ ਬੋਤਲਾਂ ਮੰਗਾਈਆਂ ਸੀ ਚੰਡੀਗੜ੍ਹ ਦੀ, ਕਲੀਦਾ ਰੂਮ ਗਈ ਸੀ। ਅੱਛਾ, ਉਹ ਹੁਣ ਮੇਰੇ M3 ਦਾ ਪੇਪਰ ਆ ਗਿਆ, ਮੈਂ ਪੜ੍ਹਨਾ ਸੀਗਾ ਠੀਕ ਹੈ। ਅਤੇ ਉਹਨਾਂ ਨੇ ਅਸ਼ਵਨੀ ਬਾਈ ਨੇ ਨਾ ਕਰਤੀ। ਓਏ ਅਸ਼ਵਨੀ ਤਾਂ ਉਹੀ ਨੀ ਬਠਿੰਡੇ ਆ? ਹਾਂ ਬਾਈ ਉਹੀ, ਉਹ ਤਾਂ ਪੜ੍ਹਾਉਂਦਾ ਹੀ ਬਹੁਤ ਵਧੀਆ ਹੈ। ਉਹ ਹਾਂ ਬਾਈ, ਕੀ ਤਾਂ ਹੀ ਮੈਂ ਉਹਨੂੰ ਕਿਹਾ ਸੀ M3 ਕਰਾ ਦੇ। ਤੇ ਯਾਰ ਕੀ ਯਾਰ, ਤੂੰ ਤਾਂ ਉਹਦਾ ਕੰਮ ਕਰਨਾ ਸੀ ਸਾਲਿਆ, ਤੂੰ ਇੱਕ ਬੋਤਲ ਛੱਡ ਉਹਨੂੰ ਸਾਲਿਆ, ਲੋਕ ਤਾਂ 10-10 ਹਜ਼ਾਰ ਚੱਕੀ ਫਿਰਦੇ ਪੇਪਰ ਕਢਾਉਣ ਨੂੰ, ਤੂੰ ਇੱਕ ਤੈਨੂੰ ਤਾਂ ਇੱਕ ਪੇਟੀ ਦੇਣੀ ਚਾਹੀਦੀ ਹੈ, ਇਦੋਂ ਚੰਗਾ ਤਾਂ ਇਹੀ ਹੈ। ਗੱਲ ਤਾਂ ਠੀਕ ਹੈ ਮੁੰਡੇ ਦੀ, ਮੈਨੂੰ ਲੱਗਦਾ ਹੁਣ ਪੇਟੀ ਲੈ ਹੀ ਜਾਣੀ ਚਾਹੀਦੀ। ਬਾਈ ਮੈਂ ਪੇਟੀ ਤਾਂ ਮੰਗਾ ਲਾ, ਮੇਰੇ ਕੋਲ ਪੈਸੇ ਹੀ ਹੈ ਨਹੀਂ, ਹੁਣ ਮੈਂ ਪੇਟੀ ਕਿੱਥੋਂ ਲੈ ਜਾਵਾਂ? ਤੂੰ ਸਾਲੇ ਐਂ ਕਰ, ਘਰੋਂ ਫੀਸ ਮੰਗਾ ਲਾ, ਉਹ ਤਾਂ ਥੋੜ੍ਹੀ ਬਹੁਤ ਕੁੰਡੇ ਲਾ ਲਈ, ਅੱਗੇ ਵੀ ਤਾਂ ਲਾਉਣਾ ਹੀ ਹੈ। ਆ ਲੱਗ ਗਿਆ ਡੈਡੀ ਨੂੰ ਫੋਨ। ਆ ਕਿੰਦਾ ਫੋਨ ਆ ਗਿਆ ਇਸ ਵੇਲੇ। ਹੈਲੋ, ਸਤਿ ਸ਼੍ਰੀ ਅਕਾਲ ਡੈਡੀ ਜੀ। ਲੱਗਦਾ ਤੈਨੂੰ ਪੈਸਿਆਂ ਦੀ ਲੋੜ ਪੈ ਗਈ, ਤਾਂ ਹੀ ਸਤਿ ਸ੍ਰੀ ਅਕਾਲ ਬਣਾਈ ਹੈ ਨੈਣਾ। ਨਹੀਂ ਨਹੀਂ ਡੈਡੀ ਜੀ, ਇਹੋ ਜੀ ਕੋਈ ਗੱਲ ਨਹੀਂ ਹੈਗੀ, ਫੀਸ ਚਾਹੀਦੀ ਸੀ। ਇਹ ਤਾਂ ਸਾਲਾ ਮੇਰੇ ਰੀਸਾਂ ਲਾਈ ਜਾਂਦਾ, ਫੀਸ ਤਾਂ ਪੁੱਤ ਪਵਾਤੀ ਸੀ ਤੇਰੀ, ਕਢਵਾ ਲਈ ਉਤੋਂ। ਓਕੇ ਮੈਂ ਡੈਡੀ, ਸਾਲਾ ਕੱਟ ਗਿਆ, ਫੀਸ ਆ ਗਈ। ਹਾਂ ਹੋਰ ਵੀਰ, ਕੀ ਹਾਲ ਆ ਤੁਹਾਡੇ ਵਾਸਤੇ? ਕੀ ਲੈ ਗਿਆ ਮੁੰਡੇ, ਪੇਟੀ ਲੈ ਆਇਆ, ਇੰਨਾ ਪਿਆਰ ਕਰਦਾ ਇਹਨੂੰ। ਅੱਛਾ, ਮੇਰਾ ਭਰਾ ਦਾ ਵੀਰ ਆ ਫਰੀ ਹੁੰਦਾ। ਅੱਛਾ ਬਾਈ, ਹਾਂ ਹਾਂ ਹੁਣ M3 ਕਰਾ ਦਿਓ। M3 ਕੋਈ ਚੱਕਰ ਨੀ, ਠੀਕ ਆ ਬਾਈ, ਕਰਾ ਦਾਂਗੇ। ਚੱਲ ਠੀਕ ਹੈ ਭਰਾ, ਫਿਰ ਮੈਂ ਚੱਲਦਾ M3 ਦੀ ਬੁੱਕ ਲੈ ਕੇ ਆ ਗਿਆ। ਜਦੋਂ ਮਰਜ਼ੀ ਆਈ ਭਰਾ, ਤੇਰਾ ਆਪਦਾ ਘਰ ਆ, ਮੈਂ ਵੀ ਫਰੀ ਹੁੰਦਾ। ਚੱਲ ਠੀਕ ਹੈ, ਮੈਂ ਆ ਗਿਆ ਭਰਾ, ਜਦੋਂ ਮਰਜ਼ੀ ਜਦੋਂ ਮਰਜ਼ੀ। ਹੁਣ ਬਣੀ ਹੈ ਹਾਂ ਪਫ ਹਾਂ ਸਟੱਫ ਦੀ ਗੱਲ, ਜਦੋਂ ਤੱਕ ਭਰਾ ਦਾ ਪਿਆਰ ਹੁਣ ਐਂ ਬਣਿਆ ਰਹੂਗਾ ਨਾ, ਉਦੋਂ ਤੱਕ ਮੈਂ ਕਹਿੰਦਾ M3 DCLD ਕੀ, ਮੈਂ ਤਾਂ ਸਾਰੀ ਡਿਗਰੀ ਕੰਪਲੀਟ ਕਰਾ ਦੂੰ ਮੈਨੂੰ ਪੜ੍ਹਾ ਪੜ੍ਹਾ ਕੇ। ਹਾਂ ਹਾਂ